ਦੇਖੋ ਬੇਟਾ ਜੀ ਬੀਏ 1 ਕੰਪਲਸਰੀ ਵਾਲੇ ਬੱਚੇ ਆ ਬੇਟਾ ਅੱਜ ਜੋ ਹੈ ਅਸੀਂ ਆਪਣੀ ਜਿਹੜੀ ਸਾਡੀ ਬੁੱਕ ਹੈਗੀ ਹੈ ਕਹਾਣੀਆਂ ਦੀ ਕਿਤਾਬ ਹੈ ਉਹਦਾ ਨਾਮ ਹੈ ਕਥਾ ਸਾਗਰ ਤੇ ਉਹਦੇ ਵਿੱਚੋਂ ਜੋ ਹੈ ਅਸੀਂ ਆਪਣੇ ਜਿਹੜੇ ਸਾਡੇ ਕੋਲ ਕਹਾਣੀਆਂ ਲੱਗੀਆਂ ਹੋਈਆਂ ਨੇ ਅਸੀਂ ਛੋਟੇ ਕੁਐਸਚਨ ਕਰਨੇ ਨੇ ਉਹਨਾਂ ਦੇ ਆ ਬੇਟਾ ਜਿਹੜੀ ਸਾਡੇ ਕੋਲ ਪਹਿਲਾਂ ਪਹਿਲੀ ਪਹਿਲੀ ਕਹਾਣੀ ਹੈ ਨਾ ਵੱਡਾ ਡਾਕਟਰ ਉਹਦੇ ਛੋਟੇ ਕੁਐਸਚਨ ਕਰਦੇ ਹਾਂ ਦੇਖੋ ਬੇਟਾ ਜੀ ਪਹਿਲਾ ਕੁਐਸਚਨ ਬਣਦਾ ਹੈ ਉਹਦਾ ਕਿ ਜਗਦੀਸ਼ ਦੇ ਪਿਤਾ ਜੀ ਦਾ ਕੀ ਨਾਮ ਸੀ ਕੀ ਨਾਮ ਸੀ ਉਹਦੇ ਪਿਤਾ ਜੀ ਦਾ ਬਾਬੂ ਦਿਨਾਨਾਥ ਬਾਬੂ ਦਿਨਾਨਾਥ ਜਗਦੀਸ਼ ਲਈ ਹੱਟੀ ਤੋਂ ਕੀ ਖਰੀਦ ਕੇ ਲਿਆਇਆ ਕੀ ਖਰੀਦ ਕੇ ਲਿਆਇਆ ਜੱਤ ਵਾਲਾ ਕੁੱਤਾ ਜਗਦੀਸ਼ ਨੂੰ ਕਿਸ ਪ੍ਰਕਾਰ ਦੇ ਖਿਡੌਣਿਆਂ ਨਾਲ ਮਤਲਬ ਕਿ ਬੇਟਾ ਇਹ ਜੱਤ ਵਾਲਾ ਕੁੱਤਾ ਜਿਹੜਾ ਉਹਨੇ ਖਿਡੌਣਾ ਸੀਗਾ ਇਹ ਜਗਦੀਸ਼ ਨੂੰ ਕਿਸ ਪ੍ਰਕਾਰ ਦੇ ਖਿਡੌਣਿਆਂ ਨਾਲ ਖੇਡਣ ਦਾ ਸ਼ੌਕ ਸੀ ਜਾਨਦਾਰ ਖਿਡੌਣਿਆਂ ਨਾਲ ਵੱਡਾ ਡਾਕਟਰ ਕਹਾਣੀ ਵਿੱਚ ਵੱਡਾ ਡਾਕਟਰ ਕੌਣ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੱਡਾ ਡਾਕਟਰ ਕੌਣ ਹੈ ਇਹਦੇ ਵਿੱਚ ਬਲੂੰਗੜਾ ਜਗਦੀਸ਼ ਕਿੰਨੇ ਵਰਿਆਂ ਦਾ ਬਾਲ ਹੈ ਕਿੰਨੇ ਵਰਿਆਂ ਦਾ ਹੈ ਉਹ 3 ਸਾਲਾਂ ਦਾ 3 ਵਰਿਆਂ ਦਾ ਵੱਡਾ ਡਾਕਟਰ ਕਹਾਣੀ ਦੇ ਲੇਖਕ ਦਾ ਨਾਮ ਦੱਸੋ ਕੀ ਨਾਮ ਹੈ ਨਾਨਕ ਸਿੰਘ ਤੇ ਅਸੀਂ ਬੇਟਾ ਜੋ ਹੈ ਨਾਨਕ ਸਿੰਘ ਦੀ ਜੋ ਡੇਟ ਆਫ ਬਰਥ ਵੀ ਆਪਾਂ ਕਰਨੀ ਹੈ ਇਹਦੇ ਵਿੱਚ ਵੱਡਾ ਡਾਕਟਰ ਕਹਾਣੀ ਵਿੱਚ ਜਗਦੀਸ਼ ਦੀ ਮਾਤਾ ਦਾ ਕੀ ਨਾਮ ਹੈ ਮਾਤਾ ਦਾ ਨਾਮ ਹੈ 우ਮਾ ਦੇਵੀ ਜੱਤ ਵਾਲਾ ਕੁੱਤਾ ਮਿਲਣ ਦੇ ਬਾਵਜੂਦ ਵੀ ਜਗਦੀਸ਼ ਖੁਸ਼ ਕਿਉਂ ਨਹੀਂ ਸੀ ਕਿਉਂ ਖੁਸ਼ ਨਹੀਂ ਸੀ ਕਿਉਂਕਿ ਬਲੂੰਗੜੇ ਦਾ ਧਿਆਨ ਉਸ ਨੂੰ ਵਿਚੇਨ ਕਰ ਰਿਹਾ ਸੀ ਬਾਬੂ ਦੀਨਾ ਨਾਥ ਜਗਦੀਸ਼ ਨੂੰ ਜਾਨਵਰਾਂ ਨਾਲ ਖੇਡਣ ਕਿਉਂ ਨਹੀਂ ਸੀ ਦਿੰਦਾ ਕਿਉਂ ਨਹੀਂ ਦਿੰਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਜਗਦੀਸ਼ ਜੋ ਹੈ ਉਹ ਬਿਮਾਰ ਹੋ ਜਾਏਗਾ ਜਗਦੀਸ਼ ਦੇ ਗਵਾਂਡੀਆਂ ਦੇ ਕੁੱਤੇ ਦਾ ਕੀ ਨਾਮ ਸੀ ਜੈਕ ਜਗਦੀਸ਼ ਦੇ ਬਿਮਾਰ ਹੋ ਜਾਣ ਦਾ ਅਸਲ ਕਾਰਨ ਕੀ ਸੀ ਬਲੂੰਗੜੇ ਦਾ ਵਿਛੋੜਾ ਤੇ ਜਗਦੀਸ਼ ਕਹਾਣੀ ਵਿੱਚ ਬਲੂੰਗੜੇ ਨੂੰ ਕੀ ਕਹਿ ਕੇ ਬੁਲਾਉਂਦਾ ਹੈ ਬੂੰਗਾ ਬਾਬੂ ਦੀਨਾਨਾਥ ਕਿੰਨੇ ਆਨਿਆਂ ਵਿੱਚ ਜ਼ਿਆਦਾ ਕੁੱਤਾ ਖਰੀਦ ਕੇ ਲਿਆਇਆ ਸੀ 8 ਆਨਿਆਂ ਵਿੱਚ ਦੀਨਾਨਾਥ ਨੇ ਨੌਕਰ ਨੂੰ ਬਲੂੰਗੜਾ ਕਿੱਥੇ ਛੱਡ ਕੇ ਆਉਣ ਲਈ ਕਿਹਾ ਸ਼ਹਿਰ ਤੋਂ ਬਾਹਰ ਗੰਦੇ ਨਾਲੇ ਤੋਂ ਪਾਰ ਜਗਦੀਸ਼ ਨੇ ਕਿੰਨਾ ਚਿਰ ਮੰਜੇ ਦੀ ਸਾਂਝ ਬਣਾਈ ਇੰਨਾ ਛੱਡੀ ਮਤਲਬ ਕਿੰਨਾ ਚਿਰ ਜਗਦੀਸ਼ ਜੋ ਹੈ ਬਿਮਾਰ ਰਿਹਾ 3 ਹਫ਼ਤੇ ਤੱਕ ਇਹਦੇ ਤੋਂ ਇਲਾਵਾ ਬੇਟਾ ਤੁਸੀਂ ਜੋ ਹੈ ਨਾਨਕ ਸਿੰਘ ਦੀ ਜੀਵਨੀ ਚ ਜਿਹੜੇ ਵੀ ਕੁਐਸਚਨ ਬਣਦੇ ਨੇ ਨਾ ਛੋਟੇ ਉਹ ਵੀ ਤੁਸੀਂ ਕਰਨੇ ਨੇ ਤੇ ਆਓ ਅਸੀਂ ਅਗਲੇ ਚੈਪਟਰ ਦੇ ਵੀ ਛੋਟੇ ਕੁਐਸਚਨ ਵੇਖ ਲਈਏ ਦੇਖੋ ਬੇਟਾ ਜਿਹੜਾ ਅਗਲਾ ਸਾਡਾ ਚੈਪਟਰ ਹੈ ਨਾ ਉਹਦਾ ਨਾਮ ਹੈ ਦੋ ਯਾਦਗਾਰੀ ਅंसू ਤੇ ਕੀ ਦਾ ਲਿਖਿਆ ਹੋਇਆ ਚੈਪਟਰ ਹੈ ਕਹਾਣੀ ਹੈ ਇਹ ਕਹਾਣੀਆਂ ਬੇਟਾ ਇਹ ਗੁਰਬਖਸ਼ ਸਿੰਘ ਦੀ ਲੇਖਕ ਦਾ ਮਿੱਤਰ ਕਿਸ ਸ਼ਹਿਰ ਤੋਂ ਸੀ ਮਤਲਬ ਕਿ ਸ਼ਹਿਰ ਦਾ ਰਹਿਣ ਵਾਲਾ ਸੀ ਲੇਖਕ ਦਾ ਮਿੱਤਰ ਅੰਮ੍ਰਿਤਸਰ ਕਹਾਣੀ ਵਿੱਚ ਸਾਈਕਲ ਸਵਾਰ ਦੀ ਮਦਦ ਕਿਸ ਨੇ ਕੀਤੀ ਕਿਸ ਨੇ ਕੀਤੀ ਇੱਕ ਸਿੱਖ ਲੜਕੇ ਨੇ ਦੋ ਯਾਦਗਾਰੀ ਅंसू ਕਹਾਣੀ ਕਿਸ ਵਿਸ਼ੇ ਤੇ ਆਧਾਰਿਤ ਹੈ 1947 ਦੀ ਵੰਡ ਤੇ 1947 ਦੇ ਵੇਲੇ ਕਿਹੜੇ ਸ਼ਹਿਰ ਵਿੱਚ ਲੜਕੀਆਂ ਦਾ ਲੜਕੀਆਂ ਦਾ ਜਲੂਸ ਕੱਢਣ ਦੀ ਗੱਲ ਪੜਕੀ ਸੀ ਕਿਹੜੇ ਸ਼ਹਿਰ ਵਿੱਚ ਪੜਕੀ ਸੀ ਸ਼ੇਖੂਪੁਰੇ ਵਿੱਚ ਸਿੱਖ ਮੁੰਡਿਆਂ ਦੀ ਜੁੰਡੀ ਨੇ ਕੀ ਇਰਾਦਾ ਕੀਤਾ ਕੀ ਇਰਾਦਾ ਕੀਤਾ ਬੋਰਡਿੰਗ ਹਾਊਸ ਵਿੱਚੋਂ ਮੁਸਲਮਾਨ ਕੁੜੀਆਂ ਨੂੰ ਕੱਢ ਕੇ ਲਿਆਉਣਾ ਤੇ ਉਹਨਾਂ ਦਾ ਜਲੂਸ ਕੱਢਣਾ। ਕਹਾਣੀ ਵਿੱਚ ਮੁਸਲਮਾਨ ਕੁੜੀ ਤੇ ਸਿੱਖ ਲੜਕੇ ਦਾ ਆਪਸ ਵਿੱਚ ਕੀ ਰਿਸ਼ਤਾ ਸੀ? ਭੈਣ ਭਰਾ ਦਾ। ਸਿੱਖ ਲੜਕਾ ਜਦੋਂ ਮੁਸਲਮਾਨ ਕੁੜੀ ਦੀ ਮਦਦ ਕਰਦਾ ਹੈ ਤਾਂ ਉਸ ਵੇਲੇ ਕਿਸ ਤਰ੍ਹਾਂ ਦੇ ਕੱਪੜੇ ਪੈਣ ਲਈ ਉਸ ਨੂੰ ਕਹਿੰਦਾ ਹੈ? ਕਿਹੜੇ ਕੱਪੜੇ? ਜਿਹੜੇ ਹਿੰਦੂਆਂ ਤੇ ਸਿੱਖਾਂ ਦੋਵਾਂ ਨਾਲ ਮਿਲਦੇ ਜੁਲਦੇ ਹੋਣ। ਸਿੱਖ ਲੜਕੇ ਮੁਸਲਮਾਨ ਕੁੜੀ ਦਾ ਭਰਾ ਬਣਨ ਦੀ ਕਸਮ ਉਹਨੇ ਜੋ ਹੈ ਕਿਸ ਥਾਂ ਖਾਧੀ? ਕਿਹੜੀ ਥਾਂ ਤੇ ਉਹਨੇ ਖਾਧੀ ਸੀ? ਦਰਬਾਰ ਸਾਹਿب ਅਗਲਾ ਕੁਐਸਚਨ ਬਣਦਾ ਹੈ ਬੇਟਾ ਸਿੱਖ ਲੜਕੇ ਨੇ ਆਪਣੀ ਮੁਸਲਮਾਨ ਭੈਣ ਨੂੰ ਘਰ ਵਿੱਚ ਪਨਾਹ ਦੇਣ ਲਈ ਕੀ ਸਾਜ਼ਿਸ਼ ਕੀਤੀ ਕੀ ਸਾਜ਼ਿਸ਼ ਕੀਤੀ ਸੀ ਮੁਸਲਮਾਨ ਲੜਕੀ ਉਸ ਦੀ ਭੈਣ ਦੀ Hindu ਸਹੇਲੀ ਹੈ ਮਤਲਬ ਕਿ ਉਹ ਜੋ ਹੈ ਉਹਦੀ ਭੈਣ ਦੀ ਹੈ ਸਹੇਲੀ ਤੇ Hindu ਹੈ ਉਹ ਸਿੱਖ ਮੁੰਡਾ ਹਰ ਰੋਜ਼ ਉਸ ਕੁੜੀ ਉਸ ਮੁਸਲਮਾਨ ਲੜਕੀ ਦੇ ਪਰਿਵਾਰ ਨੂੰ ਲੱਭਣ ਲਈ ਕਿੱਥੇ ਜਾਂਦਾ ਸੀ ਕਿੱਥੇ ਜਾਂਦਾ ਸੀ ਸਿੱਖ ਮੁੰਡਾ ਹਰ ਰੋਜ਼ ਲਾਹੌਰ ਆ ਕੇ ਅਮਰਸਰੋਂ ਮੁਸਲਮਾਨ ਕੱਢਣ ਵਾਲੀਆਂ ਲਾਰੀਆਂ ਤੇ ਜਾ ਕੇ ਸੁਨੇਹੇ ਕਲਦਾ ਸੀ। ਮੁਸਲਮਾਨ ਕੁੜੀ ਦੀ ਉਸਦੇ ਪਿਤਾ ਨਾਲ ਮੁਲਾਕਾਤ ਕਿੱਥੇ ਹੋਈ? ਖਾਲਸਾ ਕਾਲਜ ਦੇ ਕੋਲ। ਸਿੱਖ ਲੜਕੇ ਦੀਆਂ ਅੱਖਾਂ 'ਚੋਂ ਦੋ ਵੱਡੇ-ਵੱਡੇ ਅਥਰੂ ਤ੍ਰਿਪਤ ਕੇ ਕਿੱਥੇ ਡਿੱਗੇ? ਸਿੱਖ ਲੜਕੇ ਦੀ ਮੁਸਲਮਾਨ ਭੈਣ ਦੇ ਦੁਪੱਟੇ ਉੱਤੇ। ਮਤਲਬ ਕਿ ਉਹਦੇ ਉਹਨੇ ਜਿਹੜੀ ਭੈਣ ਬਣਾਈ ਸੀ ਨਾ ਆਪਣੀ ਮੂੰਹ ਬੋਲੀ ਉਹਦੇ ਭੈਣ ਦੇ ਦੁਪੱਟੇ ਉੱਤੇ। ਮੁਸਲਮਾਨ ਲੜਕੀ ਦੇ ਪਿਤਾ ਨੇ ਸਿੱਖ ਲੜਕੇ ਦੇ ਅਥਰੂਆਂ ਨੂੰ ਕੀ ਕਹਿ ਕੇ ਸੰਬੋਧਿਤ ਕੀਤਾ? ਕੋਮਾ ਦੀ ਹਨੇਰੀ ਰਾਤ ਵਿੱਚ ਦੋ ਚਮਕਦੇ ਤਾਰੇ ਤੁਹਾਡੇ ਆਂਸੂ ਕੋਮਾ ਦੀ ਹਨੇਰੀ ਰਾਤ ਵਿੱਚ ਇੱਥੇ ਕੋਮ ਆਏਗਾ ਬੇਟਾ ਕੋਮਾ ਦੀ ਕੋਮਾ ਦੀ ਹਨੇਰੀ ਰਾਤ ਵਿੱਚ ਕੋਮਾ ਹੁੰਦਾ ਦੋ ਧਰਮ ਕੋਈ ਵੀ ਧਰਮ ਮਤਲਬ ਇਹ ਨਹੀਂ ਕਿ ਦੋ ਧਰਮ ਕੋਮ ਹੁੰਦਾ ਧਰਮ ਕਿ ਧਰਮਾਂ ਦੀ ਹਨੇਰੀ ਰਾਤ ਵਿੱਚ ਧਰਮਾਂ ਦੀਆਂ ਜਿਹੜੀਆਂ ਲੜਾਈਆਂ ਹੋ ਰਹੀਆਂ ਸੀ ਹੈ ਨਾ ਉਹਦੀ ਹਨੇਰੀ ਰਾਤ ਵਿੱਚ ਦੋ ਚਮਕਦੇ ਤਾਰੇ ਤੁਹਾਡੇ ਆਂਸੂ ਅਗਲਾ ਕੁਐਸਚਨ ਬਣਦਾ ਹੈ ਮੁਸਲਮਾਨ ਕੁੜੀ ਦੇ ਪਿਤਾ ਨੇ ਵਿਦਾਇਗੀ ਦੇ ਸਮੇਂ ਕੀ ਸਾਮ੍ਹ ਕੇ ਰੱਖਣ ਦੀ ਗੱਲ ਕੀਤੀ ਜਿਸ ਦੁਪट्टे ਤੇ ਸਿੱਖ ਮੁੰਡੇ ਦੇ ਅਥਰੂ ਡਿੱਗੇ ਸਨ ਉਹ ਦੁਪੱਟਾ ਸਾਮ੍ਹ ਕੇ ਰੱਖਣ ਦੀ ਗੱਲ ਕੀਤੀ ਤੇ ਲਾਸਟ ਕੁਐਸਚਨ ਹੈ ਮੁਸਲਮਾਨ ਕੁੜੀ ਦਾ ਪਿਤਾ ਕਿੱਥੋਂ ਰੁਲ ਕਿੱਥੇ ਰੁਲ ਗਿਆ ਸੀ ਕਿੱਥੇ ਰੁਲ ਗਿਆ ਸੀ ਕੈਂਪ ਵਿੱਚ ਠੀਕ ਹੈ ਬੇਟਾ ਇਹ ਤੁਹਾਡੇ ਜਿਹੜੇ ਨੇ ਕਥਾ ਸਾਗਰ ਬੁੱਕ ਦੇ ਪਹਿਲੇ ਦੋ ਕਹਾਣੀਆਂ ਦੇ ਛੋਟੇ ਕੁਐਸਚਨ ਨੇ ਬਾਕੀ ਜੀਵਨੀ ਨਾਲ ਸੰਬੰਧੀ ਜਿਹੜੇ ਕੁਐਸਚਨ ਨੇ ਉਹ ਤੁਸੀਂ ਆਪ ਬਣਾਓਗੇ ਇਹ ਮੈਨੂੰ ਸੈਂਡ ਕਰੂਗੀ ਓਕੇ ਧੰਨਵਾਦ